मम्मी वीर जी ते विक्की दोवें जणे गल्लां करन डे आ ते करन वी बाहर जांदियां डे आ ते इदां करो तुसीं जाके उहनां नाल गल करो हां कि इह वी दोवें जी अपना बाहर दा काम बणा लैंदे आ। नहीं भैणा कवल नाल मैं गल कीती हीगी, कवल ते अगों मैनूं उड के पै गया हीगा वी उहदे कोल ते सब कुछ हैगा वा, मम्मी साडे कोल नहीं हैगा ते असीं ते बेरोजगार आ, असीं बाहर जाणा आ ते उहनूं कहिहड़े वेलो फसाउण डे जे बाहर जाण वास्ते। तो जे वीर जी इस करके कहेंदे आ कि इहदे कोल सारा कुछ हैगा इन्हें नहीं बाहर जाना, तो तुसीं उहनूं इह गल कहो ना कि जरूरी थोड़ा कमाई करके उहने बाहर जाना, जदों तूं उत्थे आ ते इह कल्ली इत्थे किहदे नाल मिले वरतोगी, रिश्तेआं करके उहनूं उत्थे खाड़ ते दोवें भैण भरा मिलदे वरतदे रहोगे। निहार ना कितें गलती कर बई भी कवल दे हुंदिआं गल करिए, जे विक्की दा मन बण वी गया ना ते कवल ने तो उहदा मन बदला देना वा भी छड्ड सा भाईआ तूं की करन जाणा बाहर। तो फिर मम्मी आपां बाहर जावांगे इहनां दोवें जी। तू सबर कर, मौका वेख के गल करी दी होई दी है, कवल दे सामने ते संदीप सामने ते उक्की गल नहीं ना करनी हैगी, मैं आपे गल कर लांगी विक्की दे नाल, समझा लांगी उहनूं मैं आपे। अच्छा तो फिर भाभी दे मामा जी कीहड़ी कंट्री दे विच आ? इंग्लैंड च ने। अच्छा इंग्लैंड च, तो फिर कल्ले ही जाओगे कि जां फिर दोवें जी? बस ठीक आ भरावा, तरस कर थोड़ा जिहा मेरे उत्ते, अगे इन्नी उम्र तक जे अगे तक चली आ ते फिर जे मैं उत्थे कल्ला चल गया ते की फायदा, दोवें जी जावांगे। चलो पक्के होण दे ते चांस तुहानूं पता ही आ भी कम डावांडोल ही आ, कदों होणा कदों नहीं होणा वो, कम से कम दोवें जणे इकट्ठे ते रहांगे उत्थे, अपना परिवार ते कोल होऊ, नहीं तां तुहानूं पता ही आ कई बंदे जांदे ने उत्थे, पहली गल पक्के नहीं होणा ते पक्के होण वास्ते विआह करवाउणा पैणा, ते जे विआह करवा लिया ते फिर मुड़ के उही गल कम विच विचाले जाला हो जांदा वा, जनानी इत्थे विलकदी रहि जांदी आ ते बंदा विचारा उत्थे फस जांदा वा, ते करन की मजबूरी दोवां जाणिआं दी हुंदी, ਇਸ ਕਰਕੇ ਮੈਂ ਨਾ ਇਹੋ ਜਿਹੇ ਕਿਸੇ ਚੱਕਰ ਦੇ ਵਿੱਚ ਨਾ ਹੀ ਪਈਏ ਅਤੇ ਆਪਣਾ ਸੰਦੀਪ ਦਾ ਮੈਂ ਨਾਲ ਹੀ ਬਣਾਉਣਾ ਵਾ ਕੰਮ। ਚਲੋ ਚੰਗੀ ਗੱਲ ਆ, ਦੋਵੇਂ ਜੀ ਜਾਓਗੇ ਤਾਂ ਵਧੀਆ ਆ, ਨਹੀਂ ਤਾਂ ਕਈ ਤਾਂ ਵਿਚਾਰੇ ਮੈਂ ਇੱਦਾਂ ਦੇ ਵੇਖੇ ਆ ਜਿਨ੍ਹਾਂ ਦੀਆਂ ਉਮਰਾਂ ਹੀ ਉੱਥੇ ਲੰਘ ਚੱਲੀਆਂ, ਜਾਂਦੇ ਆ ਕਿ ਦੋਵਾਂ ਚੌਵਾਂ ਸਾਲਾਂ ਵਿੱਚ ਉੱਥੇ ਪੱਕੇ ਹੋ ਜਾਂਗੇ, ਪਰ ਪੱਕੇ ਕਿੱਥੋਂ ਹੋਇਆ ਜਾਂਦਾ ਛੇਤੀ, ਉਹਨਾਂ ਦੀ ਫਿਰ ਉੱਥੇ ਉਮਰ ਲੰਘ ਜਾਂਦੀ ਆ, ਮਗਰੋਂ ਨਿਆਣੇ ਜਵਾਨ ਹੋ ਜਾਂਦੇ ਆ, ਮਗਰੋਂ ਨਿਆਣਿਆਂ ਦੇ ਵਿਆਹ ਹੋ ਜਾਂਦੇ ਆ, ਸਾਰੀ ਉਮਰ ਉੱਥੇ ਲੰਘ ਜਾਂਦੀ ਆ, ਪਰ ਕਰਨ ਵੀ ਕੀ ਵਿਚਾਰੇ, ਹੁਣ ਇੱਕ ਬੰਨੇ ਪੈਸਾ ਹੁੰਦਾ ਇੱਕ ਬੰਨੇ ਪਰਿਵਾਰ ਹੁੰਦਾ ਅਤੇ ਆਪ ਉਹ ਮਜਬੂਰੀ ਦੇ ਵਿੱਚ ਫਸੇ ਹੁੰਦੇ ਆ। ਸਹੀ ਗੱਲ, ਬੰਦਾ ਜੋ ਸੋਚਦਾ ਵਾ ਉਹ ਹੁੰਦਾ ਨਹੀਂ, ਜੇ ਬੰਦੇ 'ਤੇ ਸੋਚਿਆ ਹੀ ਸਾਰਾ ਕੁਝ ਹੋਣ ਲੱਗ ਪਏ ਤਾਂ ਬੰਦਾ ਤਾਂ ਰੱਬ ਬਣ ਜੇ। ਉਹੀ ਨਾ, ਨਾ ਉੱਥੇ ਜਾ ਕੇ ਵਿਆਹ ਕਰਾਉਣ ਜੋਗੇ ਅਤੇ ਨਾ ਪੱਕੇ ਹੋਣ ਜੋਗੇ, ਕਿਉਂਕਿ ਵਿਆਹ ਪਹਿਲਾਂ ਹੀ ਹੋਇਆ ਹੁੰਦਾ ਤਾਂ ਕਈ ਕਰਾ ਵੀ ਲੈਂਦੇ ਆ। ਜਿਹੜੇ ਕਰਾ ਲੈਂਦੇ ਆ ਉਹਨਾਂ ਦਾ ਵੀ ਕੀ ਲੈਣਾ ਵਾ ਅੱਗੋਂ, ਜੇ ਤਾਂ ਜਿਹਦੇ ਨਾਲ ਵਿਆਹ ਕਰਾਇਆ ਜੇ ਤਾਂ ਚੰਗੀ ਮਿਲ ਗਈ ਜੇ ਸਮਝ ਗਈ ਤਾਂ ਹੋ ਸਕਦਾ ਵਾ ਵੀ ਗੱਲ ਬਣ ਜੇ, ਅਤੇ ਜੇ ਕੋਈ ਉਹੋ ਜਿਹੀ ਚਵਲ ਮਿਲ ਗਈ ਤਾਂ ਖੁਸ਼ੀ ਪਵੇ ਵੀ ਉਹ ਸਾਰੀ ਜ਼ਿੰਦਗੀ ਫਿਰ ਉੱਥੇ ਰੋਲ ਜਾਂਦੀ ਆ, ਪਰ ਪੱਕੇ ਹੁੰਦੇ ਮਾਰੇ ਕਰਾਉਂਦੇ ਆ ਜੋ ਕੁਛ ਵੀ ਕਰਦੇ ਆ ਹੈ ਨਾ। ਉਹ ਗੱਲ ਤਾਂ ਉੱਥੇ ਵੀ ਉਹ ਆ ਗਈ ਨਾ, ਜੋ ਉਹ ਸੋਚਦੇ ਆ ਉਹ ਕੁਝ ਨਹੀਂ ਨਾ ਹੁੰਦਾ। ਚੱਲ ਕੋਈ ਗੱਲ ਨਹੀਂ ਛੱਡੋ, ਇਹ ਆਪਣਾ ਵੇਖੋ। ਉਹ ਇਸੇ ਕਰਕੇ ਤਾਂ ਭਾਅ ਜੀ ਇਹਦਾ ਵੀ ਨਾਲ ਡਏ ਹਾਂ ਕੰਮ ਬਣਾਉਣ, ਨਹੀਂ ਤਾਂ ਮੈਂ ਜਦੋਂ ਨੂੰ ਮੈਂ ਵਾਪਸ ਮੁੜ ਕੇ ਆਉਣਾ ਨਾ ਇਹਦੇ ਵੀ ਸਾਰੇ ਵਾਲ ਚਿੱਟੇ ਹੋ ਜਾਣੇ ਆ, ਮੇਰੇ ਮੂੰਹ 'ਚੋਂ ਦੰਦ ਨਿਕਲ ਜਾਣੇ, ਮੁੜ ਕੇ ਨਾਲ ਲੈਂਦਿਆਂ ਵੀ ਉਹ ਹੱਪੂ ਹੱਪੂ ਹੋਇਆ ਕਰਦਾ। ਇਹ ਕਰਕੇ ਇਕੱਠੇ ਰਵਾਂਗੇ ਫਿਰ, ਅੱਜ ਇੰਨੀ ਜ਼ਿੰਦਗੀ ਹੋਊਗੀ ਉਹਨੂੰ ਮਾਣਾਂਗੇ ਤਾਂ ਸਹੀ। ਵੇ ਕਿਹਦੇ ਮੂੰਹ 'ਚ ਦੰਦ ਕਢਾਈ ਜਾਂਦਾ ਆ, ਅਜੇ ਨਹੀਂ ਮੇਰੇ ਮੂੰਹ 'ਚੋਂ ਦੰਦ ਨਿਕਲਣੇ, ਬੜੇ ਮਜ਼ਬੂਤ ਆ ਦੰਦ ਮੇਰੇ। ਓ ਬਾਬਾ ਮੈਂ ਤੁਹਾਡੀ ਗੱਲ ਨਹੀਂ ਕਰਨ ਡਿਆ, ਅਸੀਂ ਤਾਂ ਆਪਣੀਆਂ ਡਏ ਆ ਗੱਲਾਂ ਕਰਨ। ਮੈਂ ਆਖਿਆ ਕਰ ਮੇਰੀਆਂ ਗੱਲਾਂ ਕਰਨ ਡਏ ਆ, ਤੁਹਾਡੀ ਗੱਲ ਕਰਕੇ ਮਰਨਾ ਆ ਕਿਸੇ ਨੇ ਪ੍ਰਧਾਨ ਸੱਸ ਜੇ ਤੁਸੀਂ। ਕਵਲ ਜਾ ਉਹ ਮੁੰਡੇ ਕੋਲ ਠੇਕਾ ਹੀ ਫੜ ਲਿਆ, 2 ਸਾਲ ਦਾ ਠੇਕਾ ਫਸਿਆ ਪਿਆ ਵਾ, ਮੁੜ ਕੇ ਉਹਨੇ ਤੈਨੂੰ ਦੇਣਾ ਨਹੀਂ, ਹੁਣ ਤਾਂ ਸੀਜ਼ਨ ਚੱਲਣ ਡਿਆ ਆ, ਹੁਣ ਤੇਰਾ ਬਾਹਰ ਦਾ ਕੰਮ ਬਣ ਡਿਆ ਵਾ, ਪੈਸੇ ਦੀ ਤੈਨੂੰ ਜ਼ਰੂਰਤ ਆ ਅਤੇ ਤੂੰ ਉੱਧਰ ਧਿਆਨ ਨਹੀਂ ਦਿੰਦਾ ਹੈਗਾ। ਕੀ ਮੰਮੀ ਤੁਸੀਂ ਆਹ ਕਿੱਦਾਂ ਦੀ ਡੱਬੇ 'ਚ ਗੱਲ ਕਰਨ, ਠੇਕਾ ਭੱਜ ਚੱਲਿਆ ਵਾ ਕਿਤੇ ਮਿਲ ਜੂਗਾ, ਉੱਦਾਂ ਕਹਿੰਦੇ ਹੁੰਦੇ ਜੇ ਭਾਅ ਜੀ ਆਉਂਦੇ ਤਾਂ ਉਹਨਾਂ ਦੇ ਲਾਗੇ ਮੈਂ ਘੱਟ ਬਹਿੰਦਾ ਵਾਂ, ਜੇ ਹੁਣ ਮੈਂ ਬੈਠਾ ਵਾਂ ਤਾਂ ਇਹ ਜਾ ਕੇ ਠੇਕਾ ਲੈ ਆਇਆ, ਆਹ ਤਾਂ ਵਿਆਹ ਦੇ 'ਚ ਬੀਜ ਦਾ ਲੇਖਾ ਪਾਉਣ ਵਾਲੀ ਗੱਲ ਹੋ ਗਈ, ਆਜੂਗਾ ਠੇਕਾ ਕਿਤੇ ਨਹੀਂ ਭੱਜ ਚੱਲਿਆ। ਵੀਰ ਜੀ ਮੰਮੀ ਸਹੀ ਕਹਿਣ ਡੇ ਆ, ਬਾਅਦ 'ਚੋਂ ਅਗਲੇ ਨੇ ਵਰਤ ਲੈਣਾ ਅਤੇ ਫਿਰ ਅਗਲੇ ਨੇ ਲਾਰੇ ਲਾਈ ਜਾਣੇ, ਕੋਈ ਨਹੀਂ ਕਣਕੋਂ ਦੇ ਦਾਂਗੇ, ਸਾਨੂੰ ਆਹ ਕੰਮ ਪੈ ਗਿਆ ਅਤੇ ਹੁਣ ਤਾਂ ਉਹਨਾਂ ਕੋਲ ਪੈਸੇ ਹੈਗੇ ਆ, ਜਾਓ ਲੈ ਆਓ ਜਾ ਕੇ। ਮੈਂ ਤਾਂ ਕਹਿਣ ਡਈ ਹਾਂ ਵੀ ਇਹ ਹੁਣ ਆਇਆ ਇਹਨਾਂ ਲਈ ਖੂਹ ਖਾਣ ਪੀਣ ਲਈ ਵੀ ਲੈ ਆਈ ਅਤੇ ਨਾਲੇ ਉੱਥੋਂ ਤੂੰ ਠੇਕੇ ਦੇ ਪੈਸੇ ਫੜ ਲਿਆ। ਤਾਂ ਸਿੱਧਾ ਕਹੋ ਹਾਂ ਵੀ ਇੱਥੋਂ ਉੱਠ ਕੇ ਚੱਲ ਜਾ, ਕਿੱਡੇ ਬਹਾਨੇ ਮਾਰਨ ਡਏ ਆ। ਮੇਰੀ ਗੱਲ ਸੁਣਿਓ, ਹਾਂ ਸਮੋਸੇ ਸਮਾਸੇ ਨਾਲ ਲੈ ਕੇ ਆਇਓ। ਕੀ ਲਿਆਵਾਂ ਫਿਰ? ਕਾਲੇ ਗੁਲਾਬ ਜਾਮੁਨ ਲੈ ਕੇ ਆਇਓ, ਬੜੇ ਪਸੰਦ ਆ ਮੈਨੂੰ। ਅੱਛਾ ਚਲੋ ਠੀਕ ਆ, ਉਹ ਲੈ ਆਉਂਦੇ ਹਾਂ। ਵਾਹ ਉਹ ਲਿਆਇਓ। ਆਹੋ ਠੀਕ ਆ, ਸੁਦੀਪ ਲਿਆ ਦੇ ਪੈਸੇ।
ਲੈ ਦੇ ਪੈਸੇ। ਹਾਂਜੀ ਉਹ ਭਾਜੀ ਬਣਾ ਵਾ ਤੇ ਕੋ ਖਾਣ ਪੀਣ ਨੂੰ ਲਿਆਉਣਾ ਵਾ ਪੈਸੇ ਦੇ। ਹੈ ਚਾਬੀ ਤੇ ਇੱਥੇ ਹੈ ਹੀ ਨਹੀਂ ਟੰਗੀ। ਕਿੱਥੇ ਗਈ ਚਾਬੀ? ਮੰਮੀ ਨੂੰ ਪੁੱਛਦੀ ਆ। ਮੰਮੀ ਜੀ ਬਾਰੀ ਦੀ ਚਾਬੀ ਕਿੱਥੇ ਆ? ਉਹ ਕਵਲ ਮੰਗਣ ਦੇ ਸੀ ਪੈਸੇ, ਕਹਿੰਦੇ ਕੁਝ ਲੈਣ ਚੱਲੇ ਆ ਮੈਂ। ਤੇ ਤੈਨੂੰ ਪਤਾ ਹੀ ਜਿੱਥੇ ਰੱਖੀ ਦੀ ਉੱਥੇ ਲੈ ਲਾ। ਮੈਂ ਤਾਂ ਉੱਥੇ ਵੇਖ ਆਈ ਆ, ਉੱਥੇ ਚਾਬੀ ਹੈ ਹੀ ਨਹੀਂ। ਹੈ ਨਹੀਂ ਗੀ? ਨਹੀਂ। ਆਹੇ ਉੱਥੇ ਮੈਂ ਸਮਾਨ ਕੱਢਿਆ ਤੇ ਮੈਂ ਪੱਲੇ ਬੰਨ ਲਈ, ਉੱਥੇ ਰੱਖੀ ਨਹੀਂ। ਤੁਹਾਨੂੰ ਚੇਤਾ ਹੀ ਭੁੱਲ ਜਾਂਦਾ ਵਾ। ਭੁੱਲ ਗਿਆ ਮੈਂ ਕੱਢ ਕੇ ਪੈਸੇ ਤੇ ਬਾਕੀ ਫਿਰ ਉੱਥੇ ਹੀ ਹੈ ਨਾ। ਉਸੇ ਨੂੰ ਕਰਨੀ। ਠੀਕ ਆ। ਚਾਬੀਆਂ ਤੇ ਮੰਮੀ ਜੀ ਦੇ ਕੋਲ ਸੀ। ਦੇ ਪੈਸੇ ਤੂੰ ਤੈਨੂੰ ਕਰਨੀ ਜਿੱਦਾਂ ਚੈੱਕ ਕੱਟਣਾ ਹੁੰਦਾ। ਆ ਲਓ ਜਿੰਨੇ ਖੜਨੇ ਲੈ ਜਾਓ ਆਪੇ। ਉਹ ਮੈਂ ਕੀ ਕਰਨੇ ਆ, ਰੁਪਈਆ 500 ਦੇ ਦੇ ਇੱਕ। ਠੀਕ ਆ ਸਰ ਜੂਗਾ। ਉਹ ਤਾਂ ਇੱਕ ਗੱਲ ਵੇਖੀ ਹੋ, ਹੁਣ ਤੂੰ ਪੈਸੇ ਕੱਢ ਕੇ ਦੇਣ ਡਈ ਆ, ਕਿੱਡਾ ਵਧੀਆ ਲੱਗਣ ਡਿਆ। ਤੇਰੇ ਕੋਲ ਮੰਗੇ ਤੂੰ ਦੇ ਤੇ ਪੈਸੇ, ਮੰਮੀ ਕੋਲੋਂ ਮੰਗੇ ਮੰਮੀ ਨੇ ਦੇ ਤੇ, ਏਦਾਂ ਵਧੀਆ ਲੱਗਦਾ ਨਾ। ਪਹਿਲਾਂ ਹਰ ਕੰਮ ਮੰਮੀ ਕੋਲੋਂ ਮੰਮੀ ਕੋਲੋਂ, ਬੜਾ ਅਜੀਬ ਜਿਹਾ ਲੱਗਦਾ। ਪਹਿਲਾਂ ਇਹ ਲੱਗਦਾ ਹੁੰਦਾ ਸੀ ਸਾਨੂੰ ਕਿ ਜਿੱਦਾਂ ਨਾ ਮੰਮੀ ਸਾਡੇ ਤੋਂ ਪਰਦਾ ਜਿਹਾ ਰੱਖਦੇ ਆ ਕੋਈ, ਨਾਲੇ ਸਗੋਂ ਹੁਣ ਸਾਨੂੰ ਵੀ ਪਤਾ ਆ, ਆਪਾਂ ਵੀ ਜ਼ਿੰਮੇਵਾਰੀ 'ਚ ਪੈਣ ਡਏ ਹਾਂ ਵੀ ਅਸੀਂ ਕਿੰਨੇ ਪੈਸੇ ਖਰਚਣੇ ਆ, ਕਿੰਨੇ ਨਹੀਂ, ਸਾਡੇ ਕੋਲ ਕਿੰਨੇ ਮਗਰ ਬਚਦੇ ਆ, ਨਾ ਕੋਈ ਓਹਲਾ ਅਤੇ ਨਾ ਹੋਰ। ਇਹੋ ਤਾਂ ਮੈਂ ਵੀ ਆਪਣੇ ਮਨ ਵਿੱਚ ਸੋਚਦਾ ਸੀ ਵੀ ਹੋ ਸਕਦਾ ਸਾਡੇ ਘਰ ਵਿੱਚ 5-10 ਹਜ਼ਾਰ ਰੁਪਈਆ ਹੋਵੇ ਤਾਂ ਅਸੀਂ ਸਮਝੀਏ ਕੋਈ ਵੀ ਨਹੀਂ ਹੈਗਾ। ਆਹੋ। ਅਤੇ ਜਾਂ ਹੋ ਸਕਦਾ ਸਾਡੇ ਘਰ ਕੋਈ ਵੀ ਨਾ ਹੋਈਏ ਤਾਂ ਅਸੀਂ ਸਮਝੀਏ ਸਾਡੇ ਘਰ 8-10 ਹਜ਼ਾਰ ਰੁਪਈਆ ਹੋਣਾ। 10 ਹਜ਼ਾਰ ਰੁਪਈਆ ਹੋਣਾ ਹੈਂ, ਕੰਨ ਦੋਲੇ ਪਰਦੇਸ ਅਤੇ ਜੇ ਹੁਣ ਪਤਾ ਹੋਏ ਸਾਨੂੰ ਹੁਣ ਪਤਾ ਸਾਡੇ ਬਟੂਏ ਦੇ ਪੈਸੇ ਹੈਗੇ ਆ, ਕਿੰਨੇ ਆ ਕਿੰਨੇ ਨਹੀਂ ਸਾਰਾ ਪਤਾ ਵਾ। ਹੈਂ, ਕੋਈ ਵੀ ਕੰਮ ਕਰਨਾ ਹੋਇਆ ਅਸੀਂ ਇਹਦੇ ਹਿਸਾਬ ਦੇ ਨਾਲ ਸੋਚ ਕੇ ਕਰਨਾ। ਹੋਰ ਹੁਣ ਮੈਂ ਅਤੇ ਮੰਮੀ ਨੇ ਰਲ ਕੇ ਹੀ ਸੋਚ ਕੇ ਚੱਲਿਆ ਕਰਨਾ ਆ ਪੈਸੇ ਦੇ ਹਿਸਾਬ ਨਾਲ। ਮੈਨੂੰ ਵੀ ਪਤਾ ਹੋਇਆ ਕਰਨਾ ਕਿ ਮੈਂ ਕਿੰਨੇ ਲੈ ਕੇ ਜਾਣੇ ਆ, ਬਿਲਕੁਲ ਕਿੰਨੇ ਖਰਚੇ ਆਉਣੇ ਅਤੇ ਕਿੰਨੇ ਅਸੀਂ ਬਚਾ ਕੇ ਰੱਖਣੇ, ਹੈ ਨਾ। ਚੱਲ ਕਾਫੀ ਅਸਰ ਹੋ ਗਿਆ ਮੰਮੀ ਨਾਲ, ਵਧੀਆ ਲੱਗਦਾ ਹੁਣ, ਹੈ ਨਾ। ਨਾਲੇ ਇੱਦਾਂ ਬੈਠੇ ਖਲੋਤਿਆਂ ਮੰਮੀ ਜਦੋਂ ਇੱਦਾਂ ਚਾਬੀ ਫੜਾਈ ਆ, ਇੱਕ ਯਕੀਨ ਜਿਹਾ ਕਰਕੇ ਫੜਾਈ ਆ ਕਿ ਮੰਮੀ ਨੂੰ ਮੇਰੇ 'ਤੇ ਯਕੀਨ ਆ, ਨਹੀਂ ਤਾਂ ਪਹਿਲਾਂ ਇਹੋ ਲੱਗਦਾ ਹੁੰਦਾ ਕਿ ਮੰਮੀ ਮੇਰੇ 'ਤੇ ਯਕੀਨ ਹੀ ਨਹੀਂ ਕਰਦੇ ਮਾਸਾ। ਚੱਲ ਠੀਕ ਆ, ਹੁਣ ਜੇ ਉਹ ਯਕੀਨ ਕਰਦਾ ਤੂੰ ਵੀ ਯਕੀਨ ਕਾਇਮ ਰੱਖੀ ਉਹਨਾਂ ਦਾ। ਪਰ ਹੁਣ ਤੁਹਾਡੀ ਭੈਣ ਨਾ ਕੋਈ ਵਿੱਚ ਪੰਗਾ ਪਾ ਦੇ, ਉਹਦੇ ਸਾਹਮਣੇ ਚਾਬੀਆਂ 'ਚੋਂ ਫੜਾਈਆਂ ਵਾ, ਉਹਨੇ ਹੀ ਪੰਗਾ ਪਾਉਂਦੀ ਆ, ਐਵੇਂ ਦੱਸ। ਚੱਲ ਠੀਕ ਆ, ਚੱਲ ਚੰਗਾ ਮੈਂ ਲਿਆ ਸਮਾਨ। ਜਾਓ ਚੋਰੀ ਰੱਖਦੇ ਸੀ ਤੇ ਕਿੱਥੇ ਅੱਜ ਤੁਸੀਂ ਉਹਨੂੰ ਚਾਬੀਆਂ ਸਾਰੀਆਂ ਫੜਾਤੀਆਂ ਘਰ ਦੀਆਂ? ਤੇ ਹੁਣ ਤੁਸੀਂ ਆਏ ਤੇ ਖਾਣ ਪੀਣ ਲਈ ਤੇ ਲਿਆਉਣਾ ਸੀ ਨਾ, ਮੁੰਡੇ ਦੇ ਉਹਦੇ ਕੋਲ ਪੈਸੇ ਮੰਗੇ ਨੇ ਤੇ ਉਹਨੇ ਮੇਰੇ ਕੋਲ ਚਾਬੀਆਂ ਲੈ ਕੇ ਤੇ ਪੈਸੇ ਕੱਢ ਦੇਣੇ ਨੇ। ਤੇ ਪੈਸੇ ਤੁਸੀਂ ਨਹੀਂ ਸੀ ਫੜਾ ਸਕਦੇ, ਚਾਬੀਆਂ ਫੜਾਉਣ ਦਾ ਕੀ ਮਤਲਬ ਹੋਇਆ? ਫਿਰ ਕੀ ਹੋ ਗਿਆ, ਮੈਂ ਇੱਥੇ ਬੈਠੀ ਹਾਂ ਤੇ ਉਹਨੇ ਪੈਸੇ ਕੱਢ ਲਏ ਤੇ ਫਿਰ ਕੀ ਹੋ ਗਿਆ? ਠੀਕ ਆ, ਕੋਈ ਗੱਲ ਨਹੀਂ, ਅੱਜ ਚਾਬੀਆਂ ਫੜਾਈਆਂ, ਕੱਲ ਨੂੰ ਗਹਿਣਾ ਫੜਾ ਦਿਓ, ਸਾਰੇ ਕੰਮ ਫਿਰ ਤੁਹਾਡੇ ਇੱਦਾਂ ਹੀ ਹੋਇਆ ਕਰਨਗੇ। ਜਦੋਂ ਚਾਬੀ ਉਹਨੂੰ ਦੇ ਦਿੱਤੀਆਂ ਵਾ ਤੇ ਮਗਰ ਕੀ ਰਹਿ ਗਿਆ ਵਾ, ਸਮਝ ਲਓ ਪ੍ਰਧਾਨਗੀ ਤੇ ਉਹਦੀ, ਹੁਣ ਤੇ ਮੁੱਖ ਤਿਆਰੀ ਉਹਦੀ ਚੱਲਣੀ ਆ ਨਾ ਇਸ ਘਰ ਦੇ ਵਿੱਚ। ਨਹੀਂ ਇੱਦਾਂ ਕਿਉਂ ਸੋਚਣ ਡਈ ਆ, ਜਦੋਂ ਮੈਂ ਜਿੰਦੀ ਜਾਗਦੀ ਹਾਂ ਨਾਲੇ ਉਹ ਮੇਰੇ ਕਹਿਣੇ 'ਤੇ ਆ, ਕੋਈ ਫਿਕਰ ਨਾ ਕਰ ਤੂੰ ਮੇਰੇ ਹੁੰਦਿਆਂ। ਅੱਛਾ, ਤੁਹਾਡੇ ਕਹਿਣੇ 'ਚ ਆ, ਮੈਨੂੰ ਸਾਰਾ ਹੀ ਪਤਾ ਵਾ ਕਿੰਨੀ ਕੁ ਤੁਹਾਡੀ ਗੱਲ ਮੰਨਦੀ ਹੈ ਅਤੇ ਕਿੰਨੀ ਕੁ ਗੱਲ ਨਹੀਂ ਮੰਨਦੀ ਹੈਗੀ ਵੀ। ਹੁਣ ਤਾਂ ਮੈਂ ਜਦੋਂ ਇੱਥੇ ਆਇਆ ਕਰਨਾ ਨਾ, ਮੈਂ ਤੁਹਾਡੇ ਮੂੰਹ ਵੱਲ ਵੇਖਿਆ ਕਰਨਾ ਅਤੇ ਤੁਸੀਂ ਗਾੜੀ ਇਹਦੇ ਮੂੰਹ ਵੱਲ ਵੇਖਿਆ ਕਰਨਾ ਕਿ ਕਿੰਨੇ ਪੈਸੇ ਕੱਢ ਕੇ ਲਿਆਉਂਦੀ ਹੈ ਅਤੇ ਕਿੰਨੇ ਪੈਸੇ ਕੁੜੀ ਨੂੰ ਦਿੰਦੀ ਆ। ਲੱਗੇ ਆ ਗੱਲਾਂ ਮਾਰਨ, ਅਸੀਂ ਮੇਰੇ ਕਹਿਣੇ 'ਚ ਮੇਰੀ ਸਾਰੀ ਗੱਲ ਮੰਨਦੀ ਆ। ਤੇਰੇ ਕੀ ਦਿਲ 'ਚ ਆ, ਮੈਂ ਸਾਰਾ ਕੁਛ ਉਹਨੂੰ ਪੜਾਤਾ ਵਾ, ਥੋੜ੍ਹੇ ਬਹੁਤੇ ਮੈਂ ਇਸ ਲਾਕਰ 'ਚ ਰੱਖੇ ਆ, ਹੋਰ ਬਾਕੀ ਸੋਨਾ ਅਤੇ ਪੈਸੇ ਮੈਂ ਵੱਖਰੇ ਰੱਖੇ ਆ। ਮੈਨੂੰ ਸਾਰਾ ਪਤਾ ਕਿੰਨੇ ਨੇ ਕੱਢਣੇ ਅਤੇ ਕਿੰਨੇ ਮਗਰ ਰਹਿ ਗਏ ਨੇ। ਮੈਂ ਵੀ ਤੇਰੀ ਮਾਂ ਆ, 2 ਕਦਮਾਂ ਤੇਰੇ ਤੋਂ ਅੱਗੇ ਜਾਣੀ ਆ। ਮੈਨੂੰ ਤੁਹਾਡੇ 2 ਕਦਮ ਅੱਗੇ ਅਤੇ ਪਿੱਛੇ ਦਾ ਤਾਂ ਨਹੀਂ ਜੇ ਪਤਾ, ਪਰ ਮੈਨੂੰ ਇੰਨਾ ਪਤਾ ਵਾ ਕਿ ਮੈਨੂੰ ਆਪਣਾ ਅੱਗਾ ਦਿਖਣ ਲੱਗ ਪਿਆ ਜੇ,
वीर जी ते छप्पा इन्हें पाया है पाया, हुण तुहाडे ते भी इन्हें छप्पा पा लेना जे। नहीं इन्हां दोवां जीआं ने बाहर चल जाना वा ते सब कुछ मेरे हाथ च आ जाना, जिद्दां मर्जी मैं तैनूं दवांगी लवांगी, फिर नहीं कोई फिक्र हैगा। हुण जिहड़े चार दिन इत्थे आ, उह कवल भी कहिंदा वा भी मम्मी रल मिल के रहा करो, ते मैं हाँ चार दिन रल मिल के रह लैंदी, मुड़ के बाहर इन्हां दा वाह हो जाणा, कुछ नहीं हुंदा। अच्छा, चौहां दिनां दे विच ही ना सारा राजभाज पलटिया जाणा? नहीं पलटिया जांदा, मैनूं सब कुछ पता वा जो जो होणा। मम्मी ये भी बड़ी तेज, इहदी गाड़ियों भरजाई भी बड़ी तेज आ, क्यों नहीं तुहानूं समझ लगदी हैगी वी की कर लूगी तेज, बाहरों पैसे मंगवा लिया करेगी। बाहरों कहतों पैसे मंगवाने आ, चाबी ते अगली ते हाथ च ही आ ना। चाबी तेनूं मैं दस्या ते हैगा वा, सारा भारा माल मैं वखरा रख्या वा, थोड़े बहुते अंदर नहीं, भारा माल वखरा रख्या, हौला माल इधर रख्या। अगली ने जो एक चाबी देती है तो दूजी चाबी तो अगली ने झट कढ़ा लेनी, चुटकी मार के। नहीं कढ़ाती मैं समझ गई, तुहानूं बड़ा पता लगता वा, मैनूं तो अग ही लग गई इहदे हाथ च चाबियां वेख के, मेरा तो जिगर चपाटा मार के, मेरे को चाबियां खोला इहदे हाथ च चंगियां नहीं लगन दियां, आई मैं किहड़े काम आ ते वेखण मैं इत्थे की डही आ, मैनूं सारा ही पता लग गया। तुसी नहीं मेरा कुछ भी सवार सकदे, तुसी हुण सिर्फ ना नूं पुत जोगे रह गए जे, अजे तक तुसी विक्की नाल नहीं गल कीती, होर तुसी पता नहीं किहड़ियां गल्लां करनियां। ਹਾਏ ਨਹੀਂ ਕਵਲ ਅਜੇ ਤੱਕ ਹੈ, ਕੋਈ ਨਹੀਂ ਆ ਜਾਂਦੇ ਆ, ਹੁਣੇ ਤਾਂ ਗਏ ਆ, ਟਾਈਮ ਤਾਂ ਲੱਗੂਗਾ ਹੀ, ਇਸੇ ਕਰਕੇ ਮੈਂ ਚਾਹ ਨਹੀਂ ਲੈ ਕੇ ਆਈ, ਮੈਂ ਚੱਲ ਆਉਂਦੇ ਆ ਤੇ ਫੇਰ ਹੀ ਚਾਹ ਲੈ ਕੇ ਆਉਂਦੀ ਹਾਂ। ਚੱਲ ਉਹ ਤਾਂ ਕੋਈ ਗੱਲ ਨਹੀਂ, ਅਤੇ ਜੇ ਪੀਣੀ ਆ ਪਹਿਲਾਂ ਤਾਂ ਦੱਸ ਦਿਓ, ਮੈਂ ਲਿਆ ਦਿੰਦੀ ਹਾਂ। ਨਹੀਂ ਨਹੀਂ ਕੋਈ ਗੱਲ ਨਹੀਂ, ਦੱਸ ਹੋਰ ਡੀਕ ਲੈਂਦੇ ਹਾਂ ਜਿੱਥੇ ਇੰਨਾ ਡੀਕਿਆ ਵਾ, ਇਕੱਠੇ ਪੀਵਾਂਗੇ। ਠੀਕ ਆ, ਹੋਰ ਪ੍ਰੀਤ ਤੂੰ ਸੁਣਾ ਆਪਣੀ? ਹਾਂਜੀ ਭਾਬੀ ਵਧੀਆ। ਕਿੰਨਾ ਕੁ ਚੱਲਣ ਡਿਆ ਕੰਮ ਫਿਰ ਘਰ ਦਾ? ਕੰਮ ਬਥੇਰਾ ਚੱਲਣ ਡਿਆ। ਚਲੋ ਵਧੀਆ ਗੱਲ ਆ। ਮਸਤਰ ਨੂੰ ਲੱਗ ਗਏ ਮਿਸਤਰੀ ਹੁਣ। ਅੱਛਾ, ਕੰਮ ਲੰਮਾ ਹੀ ਖਿੱਚ ਲਿਆ ਉਦਾਂ, ਹਨਾ ਉਹਨਾਂ ਨੇ ਸਫਾਈ ਦਾ ਕਰਦੇ ਆ ਨਾ ਕੰਮ, ਇਸ ਕਰਕੇ ਨਹੀਂ, ਕੰਮ ਫਿਰ ਹੈ ਵੀ ਤਗੜਾ ਆ ਨਾ, ਤੁਹਾਨੂੰ ਪਤਾ ਤਾਂ ਹੈਗਾ। ਹਾਂਜੀ ਵਿੱਕੀ ਪੁੱਤ, ਜਦੋਂ ਦੇ ਇਹਨਾਂ ਨੇ ਪੇਪਰ ਲਾਏ ਨੇ ਕਵਲ ਹੁਣਾਂ ਨੇ ਆਪਣੇ ਬਾਹਰ ਦੇ, ਤੇ ਮੇਰੇ ਦਿਮਾਗ 'ਚ ਇਹੋ ਗੱਲ ਚੱਲੀ ਜਾਣ ਡਈ ਆ, ਕਿਉਂ ਨਾ ਤੁਸੀਂ ਵੀ ਦੋਵੇਂ ਜਾਣੇ ਬਾਹਰ ਦਾ ਕੰਮ ਬਣਾਓ। ਹਾਂ ਹਾਏ ਮੰਮੀ, ਆਹ ਗੱਲ ਮੈਂ ਸੋਚੀ ਨਹੀਂ ਹੈਗੀ, ਮੇਰੇ ਤਾਂ ਦਿਮਾਗ 'ਚ ਨਹੀਂ ਆਈ ਇਹ ਗੱਲ। ਆਹ ਬੜੀ ਵਧੀਆ ਗੱਲ ਕੀਤੀ ਜੇ ਤੁਸੀਂ ਵਿੱਕੀ, ਇੱਦਾਂ ਹੀ ਕਰੀਏ ਆਪਾਂ ਵੀ। ਉਹ ਚੁੱਪ ਕਰਕੇ ਬਹਿ ਜਾ, ਸਾਨੂੰ ਕੀ ਲੋੜ ਆ ਬਾਹਰ ਜਾਣ ਦੀ? ਵੇ ਕਿਉਂ ਨਹੀਂ ਲੋੜ ਹੈਗੀ, ਅੱਜ ਕੱਲ੍ਹ ਤਾਂ ਰਿਵਾਜ ਹੀ ਹੋ ਗਿਆ, ਨਾਲ ਬਾਹਰ ਗਿਆ ਦੀ ਤੇ ਟੌਰ ਹੀ ਵੱਖਰੀ ਹੁੰਦੀ ਆ। ਉਹ ਮੰਮੀ ਕਿਹੋ ਜਿਹੀਆਂ ਗੱਲਾਂ ਕਰਨ ਡੇ ਜੇ, ਸਾਡੀ ਟੌਰ ਕਿਤੇ ਇੱਥੇ ਘੱਟ ਆ, ਨਾਲੇ ਬੰਦੇ ਦੀ ਤ੍ਰਿਸ਼ਨਾ ਸਾਰੀ ਉਮਰ ਨਹੀਂ ਖਤਮ ਹੁੰਦੀ। ਜੇ ਬੰਦੇ ਕੋਲ ਸਾਈਕਲ ਹੋਵੇ ਨਾ ਤੇ ਉਹ ਕਹਿੰਦਾ ਮੇਰੇ ਕੋਲ ਮੋਟਰਸਾਈਕਲ ਹੋਵੇ, ਤੇ ਜਿਹੜਾ ਮੋਟਰਸਾਈਕਲ ਵਾਲਾ ਉਹ ਗੱਡੀ ਭਾਲਦਾ, ਤੇ ਗੱਡੀ ਵਾਲਾ ਕਹਿੰਦਾ ਕਿ ਮੇਰੇ ਕੋਲ ਜਹਾਜ਼ ਹੀ ਹੋਵੇ। ਇੱਥੇ ਇੰਨੇ ਇੰਨੇ ਵੱਡੇ ਘਰ ਬਣਾ ਕੇ ਤੇ ਉੱਥੇ ਜਾਵਾਂਗੇ, ਹੁਣ ਇੱਥੇ ਇੰਨੀ ਜਾਇਦਾਦ ਬਣਾਈ ਆ, ਉੱਥੋਂ ਫਿਰ ਨਵੇਂ ਸਿਰੇ ਤੋਂ ਜ਼ਿੰਦਗੀ ਚਾਲੂ ਕਰਨੀ ਪੈਣੀ ਆ। ਪਹਿਲਾਂ ਜਾ ਕੇ ਆਪਾਂ ਕਿਰਾਏ 'ਤੇ ਰਵਾਂਗੇ, ਫਿਰ ਕੋਈ ਆਪਣਾ ਪੱਕਾ ਮਕਾਨ ਬਣਾਵਾਂਗੇ, ਉੱਥੇ ਇੰਨੇ ਆਪਾਂ ਟੈਕਸ ਭਰਨੇ ਆ, ਸਾਡੀ ਤਾਂ ਸਾਰੀ ਉਮਰ ਇੱਦਾਂ ਲੰਘ ਜਾਣੀ ਆ, ਤਾਂ ਸੁੱਖ ਕਿਹੜੀ ਉਮਰ ਵਿੱਚ ਲੈਣਾ ਆਪਾਂ? ਗੱਲ ਤਾਂ ਭਾਅ ਜੀ ਤੁਹਾਡੀ ਸਹੀ ਆ, ਵੇਖੋ ਵੇਖੀ ਸਾਰੇ ਤੁਰੇ ਜਾਣ ਡੇ ਇੱਕ ਦੂਜੇ ਵੱਲ, ਬਾਕੀ ਸਾਡੇ ਵਰਗੇ ਜਿਹੜੇ ਮਜਬੂਰੀਆਂ ਦੇ ਮਾਰੇ, ਜਿਨ੍ਹਾਂ ਦਾ ਇੱਥੇ ਨਹੀਂ ਕੋਈ ਹੱਥ ਪੱਲਾ ਬਣਿਆ, ਵੀ ਮੰਨ ਲਓ ਕੋਈ ਖਾਸ ਇੰਨੀ ਇਨਕਮ ਨਹੀਂ ਹੈਗੀ, ਉਹਨਾਂ ਨੇ ਤਾਂ ਜਾਣਾ ਹੀ ਆ। ਪਰ ਜਿਹੜੇ ਕਈ ਸ਼ੌਂਕੀਆਂ ਤੌਰ 'ਤੇ ਜਾਈ ਜਾਣ ਡੇ ਆ, ਬਾਹਰ ਦੀ ਸਫਾਈ ਅਤੇ ਬਾਹਰ ਦੀਆਂ ਫੋਟੋਆਂ ਵੇਖਦੇ ਆ ਨਾ, ਉਹਨਾਂ ਦਾ ਜੀਅ ਕਰਦਾ ਵੀ ਅਸੀਂ ਛੇਤੀ ਰਾਤੋਂ ਦਿਨ ਨਾ ਚੜ੍ਹੇ ਅਤੇ ਬਾਹਰ ਚਲ ਜਾਈਏ, ਬਾਅਦ 'ਚ ਉੱਥੇ ਜਾ ਕੇ ਪਛਤਾਉਂਦੇ ਆ ਵੀ ਐਵੇਂ ਹੀ ਆ ਗਏ ਹਾਂ। ਹੈ ਇਹਦੇ ਨਾਲੋਂ ਇੰਡੀਆ ਸਹੀ ਸੀ, ਕਿਉਂਕਿ ਇੱਥੇ ਦੇ ਲੋਕ ਫਿਰ ਵੀ ਰਲ ਕੇ ਬਹਿ ਜਾਂਦੇ ਆ, ਭਾਵੇਂ ਜਿੰਨੇ ਮਰਜ਼ੀ ਕੰਮ ਹੋਣ, ਹਾਂ ਫਿਰ ਵੀ ਟਾਈਮ ਕੱਢਿਆ ਹੀ ਜਾਂਦਾ, 100 ਰਿਸ਼ਤੇਦਾਰਾਂ ਦੇ ਜਾਂਦੇ ਆ, ਆਂਢ ਗੁਆਂਢ ਨਾਲ ਗੱਲਾਂ ਬਾਤਾਂ ਕਰਦੇ ਆ, ਰਲ ਮਿਲ ਕੇ ਬਹਿੰਦੇ ਆ, ਅਤੇ ਬਾਅਦ 'ਚ ਉੱਥੇ ਜਾ ਕੇ ਪਤਾ ਕੀ ਕਹਿਣਗੇ, ਸਾਡੇ ਕੋਲ ਤਾਂ ਮਾਸਾ ਟਾਈਮ ਨਹੀਂ ਹੈਗਾ, ਅਸੀਂ ਤਾਂ ਬਹੁਤ ਬਿਜ਼ੀ ਹਾਂ, ਕੀ ਕਰੀਏ, ਰੋਜ਼ ਕੰਮ 'ਤੇ ਜਾਂਦੇ ਹਾਂ, ਕੰਮ ਤੋਂ ਆ ਜਾਂਦੇ ਹਾਂ, ਅਸੀਂ ਤਾਂ ਆਪਣੇ ਬੱਚਿਆਂ ਲਾਗੇ ਵੀ ਨਹੀਂ ਬਹਿ ਸਕਦੇ ਬਹੁਤਾ ਟਾਈਮ, ਫਿਰ ਉੱਥੇ ਜਾ ਕੇ ਇੱਦਾਂ ਦੀ ਲਾਈਫ ਹੋ ਜਾਂਦੀ ਆ। ਪਰ ਚਲੋ, ਜਿਨ੍ਹਾਂ ਦਾ ਜਿੱਥੇ ਸੈੱਟ ਆਉਂਦਾ ਵਾ, ਉਸ ਹਿਸਾਬ ਨਾਲ ਹਰ ਕੋਈ ਤੁਰਿਆ ਜਾਣ ਡਿਆ ਵਾ ਅਤੇ ਰਹੀ ਜਾਣ ਡਿਆ। ਗੱਲ ਭਾਬੀ ਜੀ ਤੁਹਾਡੀ ਬਿਲਕੁਲ ਸਹੀ ਆ, ਮਜਬੂਰੀ ਦਾ ਮਾਰਿਆ ਬੰਦਾ ਤਾਂ ਜਾਂਦਾ ਹੀ ਆ, ਤੇ ਜਿਹਦੇ ਕੋਲ ਸਾਰਾ ਕੁਝ ਇੱਥੇ ਹੈਗਾ ਉਹਨੂੰ ਕੀ ਲੋੜ ਪਈ ਆ ਸਾਰਾ ਕੁਝ ਛੱਡ ਕੇ ਜਾਣ ਦੀ? ਵਿੱਕੀ, ਜ਼ਰੂਰੀ ਥੋੜ੍ਹਾ ਵਾ ਕਿ ਆਪਾਂ ਪੱਕਾ ਹੀ ਉੱਥੇ ਜਾਣਾ ਵਾ, ਵੀਜ਼ੇ ਲਵਾ ਲਈਏ, ਆਈ ਚਲਾਈ ਕਰ ਲਿਆ ਕਰਾਂਗੇ। ਆਹੋ ਕੇ ਮੇਰਾ ਬੜਾ ਅੰਡਾਨੀ ਅੰਬਾਨੀ ਵਾਲਾ ਬਿਜ਼ਨਸ ਆ ਨਾ ਜਿਹੜਾ, ਮੈਂ ਆਈ ਚਲਾਈ ਕਰਦਾ ਰਹੂੰਗਾ। ਵੇਖ ਲਓ ਮੰਮੀ, ਇਹਨਾਂ ਨੇ ਨਹੀਂ ਗੱਲ ਮੰਨਣੀ ਹੁੰਦੀ ਵੀ। ਤੈਨੂੰ ਛੱਡ ਆਉਂਦਾ ਮੈਂ ਉੱਥੇ, ਠੀਕ ਆ, ਮੈਂ ਇੱਥੇ ਰਹਿਣਾ ਹੀ ਹਾਂ, ਮੈਂ ਨਹੀਂ ਉਹ ਜਾਣਾ ਬਾਹਰ। ਜੇ ਤੈਨੂੰ ਸੌਂਕ ਆ ਨਾ ਬਾਹਰ ਜਾਣ ਦਾ, ਤੂੰ ਭਰਾ ਆਪਣੇ ਨਾਲ ਚੱਲ ਜਾ। ਤੇ ਭਰਾ ਨੇ ਤੇ ਉਂਝ ਵੀ ਚੱਲ ਜਾਣਾ, ਤੇ ਮੰਮੀ ਨੇ ਵੀ 6 ਮਹੀਨਿਆਂ ਬਾਅਦ ਚੱਲ ਜਾਣਾ,
मैं किनू मिलिया वरत्या करूंगी, कंधा नाल वेख्या करूंगी, कंधा वाल वेख्या करूंगी। अच्छा उत्थे जाके मिल वरतन किन्ना होना मैनू दस, उत्थे इन्ना ज्यादा लोग बिजी आ कि उन्हां नू काम तो वेल नहीं हैगी। संडे नू जे कोई टाइम मिलदा है सैटरडे नू तो वह अपने काम कढ़दे आ, उत्थे मिल वरतन किन्ना गा मैनू दस। मम्मी तुसीं समझाओ, मेरी गल तां इन्हां ने नहीं समझणी हैगी। वेखा हां इहदी कमी सी किदां लैक्चर चाढ़न दी आ, जबान वे वे किन्नी री चलन दी आ, जिदा कर दी जिदा ना सारी दुनिया का जो ज्ञान है ना इनू कली नुईया होर से किसी पता नहीं, बाकी तो सारे इतने बुद्धू बैठे आ। रुक जा जरा कर तेरिया तो मैं इतों दौड़ा लवानी हाँ, घलौनी हाँ तेनों उधर, तेरा उही काम चाह बना बस। भाभी जी वीर जी आ गए, जाओ चाह लो। वे पुत टाइम तो कढ़िया कढ़िया जाता वा, टाइम कढ़ के घड़ी जा ही सकता भैन भरा को। मेरी ननान दे मुंडे का विआह आ, उधर सारे जने कट्ठे होना ही आ, सारे प्रोग्राम कट्ठे करना वा, बड़ा सोहना हो जाना वा। उधर वाले कट्ठे होना वो भी विआह ते, तुसीं ते नहीं ना चल जाना, तो जे इत्थे हुंदा विआह तो तुसीं भी चल जाना ही, हो सकदा नाल अहीं भी लगदे आ ते विआह वेख आउंदे। वो तो गल ठीक आ, जे इधर हुंदा ते अहीं वेख लैणा ही, ते फिर उधर वाले नहीं होना, गल तो इक्को ही आ। मम्मी ते कहंदा मतलब कि तुसीं भी चल जाओ, क्यों नहीं तुसीं गल समझण डे आगे? मैं नहीं जाना, मेरी गल क्यों नहीं तू समझण डई हैगी? ठीक आ मैं नहीं जाना तो नहीं जाना, एवं फालतू गल्लां करन दा कोई फायदा नहीं हैगा मम्मी जी, एवं बहसबाजी करी जावांगे एक दूजे नाल। चलो तुसीं कवल वीर दा ते भाभी दा डे जे बनाउण, उन्हां दा बनाओ, ओह सुखी संधी जाण अपना कमाईयां करन बाहर, उत्थे रहना उत्थे रहना, इत्थे रहना इत्थे रहना, उन्हां दी लाइफ वा, मेरी अपनी लाइफ वा, मैं उन्हां दी लाइफ च इंटरफेयर नहीं करदा, तुसीं मेरी लाइफ च इंटरफेयर ना करो, मेरा इत्थे बड़ा वधिया वा, मैनू इत्थे नज़ारे आ। इक्को गल ते आकड़िया तू भी, जे चल जे चल दो चार साल ही ला आ, चल भैन भरा इकट्ठे रहणगे दोवें। दो चार साल तो मैं ता ला गया वा ना, जे मैनू किस चीज़ की इत्थे कमी होवे, जदों मेरा इत्थे कम वधिया आ मैं क्यों जावां बाहर? हाँ कितें गाह ऑन फ्यूचर आपां घूमण फिरन जाणा आ तां चल जांगे, उन्हां नूं मिल के लावांगे, कमाउण लै जूंगा मैं तैनूं, एड्डी गल नहीं हैगी, पर जे तूं कहिंदी आ पक्का उत्थे ਆਪਾਂ ਉੱਥੇ ਨਹੀਂ ਜਾਣਾ। ਉਦਾਂ ਇੱਕ ਗੱਲ ਆ, ਜੇ ਆਪਾਂ ਚੱਲ ਜਾਈਏ ਨਾ ਸਾਡੀ ਕੁੜੀ ਦਾ ਵੀ ਫਿਊਚਰ ਬਣ ਜਾਣਾ ਜੇ। ਇੱਥੇ ਅੱਛਾ ਉਹਦਾ ਕੋਈ ਫਿਊਚਰ ਨਹੀਂ ਹੈਗਾ ਹਨਾ, ਅਜੇ ਤਿੰਨਾਂ ਸਾਲਾਂ ਦੀ ਆ, ਤਾਂ ਉਹਦਾ ਪਹਿਲਾਂ ਡੈਬਾ ਤੋਂ ਕੀ ਨਹੀਂ ਇੱਥੇ ਹੈਗਾ, ਸਾਰਾ ਕੁਝ ਹੈਗਾ ਆ, ਪੈਸੇ ਹੋਣੇ ਚਾਹੀਦੇ ਬੰਦੇ ਕੋਲ। ਨਾਲੇ ਤੂੰ ਤਾਂ ਮੈਨੂੰ ਕਹਿੰਦੀ ਸੀ ਕਿ ਉੱਥੇ ਜਾ ਕੇ ਆਪਾਂ ਭਰਾ ਦੇ ਬਾਹਰ ਜਾਣ ਦੀ ਸਲਾਹਬਾਤ ਕਰਨੀ ਆ, ਉਹਦੀ ਤਾਂ ਕੋਈ ਗੱਲ ਕੀਤੀ ਨਹੀਂ ਹੈਗੀ, ਗੱਲਾਂ ਤਾਂ ਇੱਥੇ ਕੋਈ ਹੋਰ ਹੀ ਚੱਲਣ ਡੀਆਂ ਵਾ, ਮੈਨੂੰ ਤਾਂ ਲੱਗਦਾ ਇਸੇ ਕੰਮ ਵਾਸਤੇ ਲੈ ਕੇ ਆਈ ਤੂੰ ਮੈਨੂੰ ਇੱਥੇ। ਹੱਦ ਹੋ ਗਈ ਤੁਹਾਡੇ ਵਾਲੀ, ਤੁਸੀਂ ਮੇਰੇ ਦੁਆਲੇ ਹੋ ਜਾਓ ਵੀ। ਲੈ ਆ ਗਿਆ ਕਵਲ, ਉਹਨਾਂ ਨਾਲ ਕਰ ਲਿਓ ਗੱਲ, ਮੈਂ ਤਾਂ ਤੇਰੇ ਨਾਲ ਉੱਦਾਂ ਹੀ ਗੱਲ ਕਰਨ ਡਈ ਸੀ। ਉਹ ਤੁਸੀਂ ਰਹਿਣ ਦਿਓ, ਜਿੰਨੇ ਜਾਣਾ ਹੈ ਨਾ ਉਹਦੀ ਗੱਲ ਕਰੋ, ਜਦੋਂ ਅਸੀਂ ਜਾਣਾ ਨਹੀਂ ਆ ਤਾਂ ਆਪਾਂ ਕਿਉਂ ਗੱਲ ਕਰਨੀ ਆ? ਕੀ ਕਹਿੰਦੇ ਹੁੰਦੇ ਸਿਆਣੇ ਕਿ ਜਿਹੜੇ ਰਾਹ ਨਹੀਂ ਜਾਣਾ ਉਹ ਰਾਹ ਪੁੱਛੀ ਦੇ ਨਹੀਂ ਹੁੰਦਾ। ਉਹਦਾ ਮੰਮੀ ਨੇ ਸਲਾਹ ਮਾੜੀ ਨਹੀਂ ਸੀ ਦਿੱਤੀ, ਮੰਨਣੀ ਜਾਂ ਨਹੀਂ ਮੰਨਣੀ ਉਹ ਗੱਲ ਵੱਖਰੀ ਆ। ਆਹੋ ਮੈਂ ਕਦੋਂ ਕਿਹਾ ਕਿ ਸਲਾਹ ਮਾੜੀ ਦਿੱਤੀ ਆ, ਸਾਰੀਆਂ ਸਲਾਹਾਂ ਸਹੀ ਹੁੰਦੀਆਂ ਵਾ। ਉਹ ਕਾਹਦੀਆਂ ਸਲਾਹਾਂ ਕਰਨੀਆਂ ਨੇ, ਕੋਈ ਸਾਨੂੰ ਵੀ ਦੱਸੇਗਾ? ਸਲਾਹ ਇਹੋ ਹੀ ਕਿ ਉੱਥੋਂ ਤਾਂ ਭੈਣ ਤੇਰੀ ਲੈ ਕੇ ਆਈ ਆ ਕਿ ਉੱਥੇ ਤੁਹਾਡੇ ਨਾਲ ਸਲਾਹ ਕਰਨੀ ਆ ਬਾਹਰ ਜਾਣ ਦੀ, ਅਤੇ ਇੱਥੇ ਆ ਕੇ ਤਾਂ ਕੋਈ ਗੱਲਬਾਤ ਵੀ ਨਹੀਂ ਕੀਤੀ ਮੇਰੇ ਨਾਲ। ਗੁੱਸਾ ਕਾਹਤੋਂ ਕਰਦੇ ਜੇ, ਕੋਈ ਗੱਲ ਨਹੀਂ ਸਲਾਹ ਕਰ ਲੈਂਦੇ ਹਾਂ। ਅੱਛਾ ਗੱਲ ਇੰਨੀ ਕੀ ਆ ਬਸ, ਵੀ ਇੱਕ ਤਾਂ ਬਾਹਰ ਜਾਣ ਦੀਆਂ ਸ਼ੋਪਿੰਗਾਂ ਵਗੈਰਾ ਕਰਨੀਆਂ ਨੇ, ਅਤੇ ਦੂਜਾ ਤੁਸੀਂ ਅੱਗੇ ਹੋ ਕੇ ਸਾਰੇ ਕੰਮ ਕਰਨੇ ਆ। ਚਲੋ ਉਹ ਤਾਂ ਕੋਈ ਗੱਲ ਨਹੀਂ, ਹੋਰ ਜਿੰਨੇ ਜੋਗੇ ਹੈ ਲਈ ਆ ਤਾਂ ਜਾਵਾਂਗੇ ਏਅਰਪੋਰਟ 'ਤੇ, ਜਿੰਨੇ ਜੋਗੇ ਅੱਗੇ ਕਰਾਂਗੇ। ਹਾਂ ਬਾਕੀ ਚਲੋ ਜੇ ਕਿਸੇ ਚੀਜ਼ ਦੀ ਲੋੜ ਲਾੜ ਹੋਊਗੀ ਤਾਂ ਦੱਸ ਦਿਓ। ਉਹ ਕੋਈ ਗੱਲ ਹੀ ਨਹੀਂ, ਦੱਸ ਫਿਕਰ ਕਾਹਤੋਂ ਕਰਦੇ ਜੀ। ਕਾਹਤੇ ਉਹ ਗੱਲ ਹੋ ਗਈ ਇਹਨਾਂ ਦੀ, ਪਿੰਡ ਵਸਿਆ ਨਹੀਂ ਅਤੇ ਮੰਗਣ ਵਾਲੇ ਪਹਿਲਾਂ ਹੀ ਤਿਆਰ, ਸਾਡਾ ਹਾਲੇ ਕੋਈ ਹੈ ਨਹੀਂ ਪਤਾ ਥੋ ਅਸੀਂ ਕਦੋਂ ਜਾਣਾ, ਸਾਡਾ ਕਦੋਂ ਕੰਮ ਬਣਨਾ, ਅਤੇ ਇਹ ਮੈਡਮ ਨਾਲ ਹੀ ਤਿਆਰ ਹੋ ਗਈ ਇਹੋ ਜਿਹੀ, ਅਸੀਂ ਵੀ ਬਣਾ ਲਈਏ, ਅਤੇ ਉਹੋ ਜਿਹੀ ਮੰਮੀ ਆ ਜਿਹੜੀ ਇਹਨਾਂ ਨੂੰ ਸਲਾਹਾਂ ਦੇਣ ਡੀ ਆ। ਤੇ ਪਤਾ ਤਾਂ ਹੈਗਾ ਮੰਮੀ ਨੂੰ ਕਿ ਮੇਰੀ ਧੀ ਤਾਂ ਅੱਗੇ ਉੱਦਾਂ ਦੀ ਜਿੱਦੀ ਜੀ ਹੈਗੀ ਆ, ਜਿਹੜੀ ਗੱਲ ਦੇ ਪਿੱਛੇ ਅੜ ਜਾਂਦੀ ਅੜ ਜਾਂਦੀ ਆ। ਉੱਥੇ ਫਿਰ ਵੀ ਭਾਈ ਆ ਚੰਗਾ ਜਿਹਨੂੰ ਸਮਝ ਹੈਗੀ ਆ, ਅਤੇ ਇਹਨੂੰ ਬਹੁਤਾ ਸਿਰ 'ਤੇ ਨਹੀਂ ਹੁਣ ਚੜ੍ਹਨ ਦਿੰਦਾ, ਨਹੀਂ ਤਾਂ ਇਹ ਤਾਂ ਨਾਲ ਹੀ ਸਾਡੇ ਤਿਆਰ ਹੋ ਗਈ ਆ, ਜਿੱਦਾਂ ਸਾਡੀ ਕੱਲ੍ਹ ਦੀ ਫਲੈਟ ਹੋਈ ਹੁੰਦੀ ਆ, ਅਤੇ ਇਹ ਰਹਿ ਜਾਣੀ ਤਾਂ ਅਸੀਂ ਚੱਲ ਜਾਣਾ। ਪਤਾ ਨਹੀਂ ਹਲੇ ਕੰਮ ਬਣਨਾ ਕਿ ਨਹੀਂ ਬਣਨਾ, ਇਹੋ ਜਿਹੀ ਤੁਸੀਂ ਵੀ ਨਾਲ ਹੀ ਚੱਲੋ, ਹੱਦ ਹੀ ਕਰਦੇ ਆ। ਮੈਨੂੰ ਤਾਂ ਪਹਿਲਾਂ ਪਤਾ ਸੀ ਇਹ ਜਿਹੜੀ ਚੇਚੀ ਆਈ ਆ ਨਾ, ਇਹ ਜ਼ਰੂਰ ਕੋਈ ਨਾ ਕੋਈ ਵਿੱਚ ਟੰਗ ਫਸਾਉਣ ਹੀ ਆਈ ਆ।
कवल ना गल की ना तो मम्मी ने कहना इन्हें जान बुझ के लड़ाई करवाती हाडे विच तो मम्मी नू मौका मिल जाना फिर मेरे ते गल लिया दा कि मैं तो सुला सफाई ना रहनी हाँ तो यो नहीं रही ये चुकना देंदी है मेरे मुंडे नू क्योंकि जे मैं कवल ना गल की तो सुभाव कि कवल ने गल मम्मी ने करनी जरूर आ भी तुम विक्की भाजी ने कल तो यह गल कही है कि तुम भी बाहर का काम बनाओ क्योंकि उदन तो हले इन्हें गल हुई ही कि भाई इनू ना ये गल क्यों पर यह फिर नहीं टले करनो गल क्योंकि धी जू आई आ हूँ मम्मी धी के हाथों से चढ़ गई झाटी मम्मी भी नहीं अपना दिमाग लाते जिदा किसी ने कहता उदा ही मगर लग जाना हों मैन लौड़ भी की आदा गल कर जे हम भाई ने कह ही दिता आ भी नहीं अही जाना तो मैं गल करके कद तू गल वधाउणी आ जां ते हुंदा ना भी इन्हां दे भी कागज़ उत्थे फड़ाउण जाणा सी ते हानू भी नाल खेचल पैणी सी नाले भाईआ ते आप ही बड़ा सियाणा वा उहने जवाब दे ही दित्ता इन्हां दा घर ते पूरा इत्थे ही हो गया ते इहदे नाल चंगा मैं हुण गल ना ही छेड़ा।